ਅਵਰ ਤੁਰਨਾ ਸਜਣਾਓ ਪੜਿਆਈ ਵਿਚਾਰ ਅਵਰ ਤੁਰਨਾ ਪਰਮੇਸ਼ਰ ਦੀ ਵਡਿਆਈ ਦਾ ਵੇਲਾ ਹੈ ਪਰਮੇਸ਼ਰ ਦੀ ਉਪਸਥਿਤੀ ਦਾ ਵੇਲਾ ਹੈ ਪਰਮੇਸ਼ਰ ਦੇ ਗੁਣ ਗਾਉਣ ਦਾ ਸਮਾਂ ਹੈ ਯਾਰ ਪੈਰ ਜੋ ਜੁਗੇ ਸਮਾਨੇ ਜਿਹੜੇ ਚਾਰ ਪੈਰ ਆ ਜੋ ਪੈਰਾਂ ਦੇ ਵਿੱਚ ਚਾਰ ਯੁੱਗ ਜਿਹੜੇ ਹੈਗੇ ਆ ਉਹ ਵਾਪਰ ਜਾਂਦੇ ਆ ਚਾਰ ਪੈਰ ਜੋ ਜੁਗੇ ਸਮਾਨੇ ਇਹ ਜਿਹੜਾ ਰਾਤ ਦਾ ਪਿਛਲਾ ਪੈਰ ਹੈ ਦਿਨ ਦਾ ਪਹਿਲਾ ਪੈਰ ਆ ਇਹ ਸਤਯੁਗ ਦੇ ਸਮਾਨ ਆ ਪੂਰੀ ਸ਼ਾਂਤੀ ਹੈ ਸੰਸਾਰ ਦੇ ਵਿੱਚ ਇਸ ਪੈਰ ਦੇ ਵਿੱਚ ਹਰ ਕੋਈ ਟਿਕਿਆ ਹੁੰਦਾ ਜਿਹਨਾਂ ਤੇ ਗੁਰੂ ਦੀ ਕਿਰਪਾ ਉਹ ਜਾਗਦੇ ਆ ਚਮਰਸ ਵੇਲੇ ਦਾ ਲਾਹਾ ਲੈਂਦੇ ਆ ਬਾਕੀ ਸਾਰੇ ਟਿਕ ਜਾਂਦੇ ਆ ਸਾਰਿਆਂ ਨੂੰ ਸ਼ਾਂਤੀ ਗੁਰਗੁਰ ਗੁਰਗੁਰ ਕਰਦਿਆਂ ਨੂੰ ਵੀ ਸ਼ਾਂਤੀ ਆ ਜਾਂਦੀ ਹੈ ਸੌ ਜਾਂਦੇ ਆ ਇਹ ਸਤਯੁਗ ਦਾ ਪ੍ਰਭਾਵ ਦੂਸਰਾ ਪੈਰ ਦੁਆਬਰ ਜਦੋਂ ਕੰਮ ਕਾਰ ਦੀ ਦੌੜ ਸ਼ੁਰੂ ਹੁੰਦੀ ਹੈ ਬੰਦਾ ਦੌੜਦਾ ਵੀ ਚਲੀਏ ਕੰਮ ਤੇ ਲੇਟ ਹੋ ਗਿਆ ਉਹ ਜਿਹੜੀ ਲੇਟ ਵਾਲੀ ਦੌੜ ਆ ਉਹ ਦੁਆਬਰ ਦੀ ਆ ਦੌੜ ਸ਼ੁਰੂ ਹੁੰਦੀ ਹੈ ਫਿਰ ਦੁਪਹਿਰ ਆ ਜਾਂਦਾ ਲੋਕਾ ਬੜਾ ਹੋ ਜਾਂਦਾ ਤਰੇਤਾ ਲੱਗ ਜਾਂਦਾ ਫਿਰ ਸ਼ਾਮ ਜਿਹੜੀ ਆ ਜਾਂਦੀ ਹੈ ਉਹ ਕਲਯੁਗ ਲੱਗ ਜਾਂਦਾ ਜੋ ਤੁਹਾਡਾ ਮਨ ਦਾ ਮਨ ਦੇ ਪ੍ਰਭਾਵ ਅੰਮ੍ਰਿਤ ਵੇਲੇ ਹੈ ਉਹ ਸ਼ਾਮ ਨੂੰ ਨਹੀਂ ਹੁੰਦਾ ਸੰਸਾਰ ਦੇ ਵਿੱਚ ਵਰਤਾਰੇ ਵਿੱਚ ਨਹੀਂ ਹੁੰਦਾ ਇਹ ਚਾਰ ਯੁੱਗ ਦੇ ਵਿੱਚ ਦੇ ਹਰ ਇਨਸਾਨ ਲੱਗਦਾ ਪਰ ਜਿਹੜੇ ਗੁਰਮੁਖ ਗੁਰੂ ਦੇ ਨਾਲ ਜੁੜੇ ਆ ਉਹ ਅੰਮ੍ਰਿਤ ਵੇਲੇ ਵੀ ਜੁੜੇ ਹੁੰਦੇ ਆ ਦੁਪਹਿਰ ਨੂੰ ਵੀ ਜੁੜੇ ਹੁੰਦੇ ਆ ਸ਼ਾਮ ਨੂੰ ਵੀ ਜੁੜੇ ਹੁੰਦੇ ਆ ਤੇ ਰਾਤ ਨੂੰ ਵੀ ਜੁੜੇ ਹੁੰਦੇ ਆ ਇਸੇ ਤਰ੍ਹਾਂ ਹੀ ਚਾਰੇ ਯੁੱਗ ਜਿਹੜੇ ਹੈਗੇ ਆ ਉਹ ਵਾਪਰਦੇ ਆ ਪਰ ਜਿਹੜਾ ਗੁਰਮੁਖ ਆ ਉਹ ਸਿੱਖਿਆ ਲੈਂਦਾ ਟਕਾ ਵਿੱਚ ਵੀ ਜੁੜਿਆ ਜਦੋਂ ਸੰਸਾਰ ਕੰਬਦਾ ਦੁਖੀ ਹੁੰਦਾ ਔਰ ਭੱਜ ਦੇ ਵਿੱਚ ਫਸਿਆ ਹੁੰਦਾ ਉਸ ਵੇਲੇ ਵੀ ਗੁਰਮੁਖ ਆਪਣੇ ਗੁਰੂ ਨਾਲ ਚਿੱਤ ਜੋੜ ਕੇ ਉਹ ਰੱਬੀ ਆਨੰਦ ਮਾਣਦਾ ਜੋ ਸੁੱਖ ਕੋ ਚਾਹੇ ਸਦਾ ਸਰਵ ਰਾਮ ਕੀ ਲੇਹ ਕੋ ਨਾਨਕ ਸੁਨਰੇ ਮਨਾ ਦੁਰਲਭ ਮਨ ਮਨੁੱਖਾਂ ਦੇ ਹੀ ਬੜੀ ਦੁਰਲਭ ਹੈ ਇਹਦਾ ਸਾਨੂੰ ਲਾਹਾ ਲੈਣਾ ਚਾਹੀਦਾ ਬਸ ਇਹ ਤੋਂ ਮਹਿੰਗਾ ਕੁਛ ਨਹੀਂ ਇਹ ਤੋਂ ਵੱਡਾ ਕੁਛ ਨਹੀਂ ਜੋ ਗੁਰੂ ਨੇ ਸਾਨੂੰ ਦਿੱਤਾ ਸਭ ਤੋਂ ਰੇਲ ਮਨੁੱਖਾਂ ਦੇ ਸਾਨੂੰ ਮਿਲੀ ਜੇ ਤੰਦਰੁਸਤੀ ਦਿੱਤੀ ਆ ਤੇ ਫਿਰ ਹੋਰ ਵਾਹਿਗੁਰੂ ਦਾ ਸਤਿਕਾਰ ਕਰੋ ਹੋਰ ਸਿਮਰਨ ਕਰੋ ਕਿ ਪਾਤਸ਼ਾਹ ਮੈਂ ਤਾਂ ਬਹੁਤ ਵੱਡੀ ਕਿਰਪਾ ਕੀਤੀ ਹੈ ਜਿੱਥੇ ਮਨੁੱਖਾਂ ਦੇ ਹੀ ਦਿੱਤੀ ਹੈ ਉੱਥੇ ਤੰਦਰੁਸਤੀ ਵੀ ਦਿੱਤੀ ਹੈ ਜਿੱਥੇ ਤੰਦਰੁਸਤੀ ਦਿੱਤੀ ਹੈ ਉੱਥੇ ਗੁਰੂ ਜਾਨਾਂ ਦਾ ਪਿਆਰ ਦਿੱਤਾ ਸੇਵਾ ਦਿੱਤੀ ਸਿਮਰਨ ਦਿੱਤਾ ਸਤ ਸੰਗਤ ਦਿੱਤੀ ਇਹ ਸਾਰਿਆਂ ਤੋਂ ਵੱਡਾ ਮਨੁੱਖਾਂ ਦੇ ਹੀ ਤਾਂ ਬਹੁਤਿਆਂ ਨੂੰ ਮਿਲ ਜਾਂਦੀ ਹੈ ਪਰ ਮਨੁੱਖਾਂ ਦੇ ਹੀ ਪਾ ਕੇ ਇਨਸਾਨ ਮਨੁੱਖਾਂ ਵਾਲੇ ਕੰਮ ਕਰਦਾ ਕਿ ਨਹੀਂ ਕਰਦਾ
ਗੁਰਦੋਤ ਬਸੋ ਕੇ ਮਾਨ ਸਜਾਤ ਲੋਕ ਵਿਚਾਰਾ ਕਰੇ ਦਿਨ ਕਈਆਂ ਨੂੰ ਸਰੀਰ ਦਾ ਮਨੁੱਖਾਂ ਵਾਲਾ ਮਿਲ ਜਾਂਦਾ ਪਰ ਉਹਨਾਂ ਦੀਆਂ ਕਰਤੂਤਾਂ ਪਸ਼ੂਆਂ ਵਾਲੀਆਂ ਹੁੰਦੀਆਂ ਪਸ਼ੂਆਂ ਵਾਲੇ ਕੰਮ ਕਰਦੇ ਮਨੁੱਖਾਂ ਵਾਲੇ ਕੰਮ ਨਹੀਂ ਕਰਦੇ ਸੋ ਮਨੁੱਖ ਬਣਨਾ ਮਨੁੱਖਾਂ ਵਾਲੇ ਕੰਮ ਕਰਨੇ ਇਹ ਗੁਰੂ ਪਾਤਸ਼ਾਹ ਕਿਰਪਾ ਕਰੇ ਤਾਂ ਸਮਾਂ ਪ੍ਰਾਪਤ ਹੁੰਦਾ ਸੋ ਗੁਰੂ ਪਿਆਰਿਓ ਆਪ ਵਡਭਾਗੇ ਹੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਆਪ ਗੁਰੂ ਸੰਗਤਾਂ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਗੁਰੂ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਆਏ ਹਾਂ ਸਤਿਗੁਰ ਸਾਰਿਆਂ ਦੀਆਂ ਝੋਲੀਆਂ ਭਰੇ ਸਤਿਗੁਰ ਸਭ ਨੂੰ ਆਪਣਾ ਪਿਆਰ ਬਖਸ਼ਣ ਕਰਨ ਸੇਵਾ ਸਿਮਰਨ ਦੀ ਦਾਤ ਸਭ ਦੀਆਂ ਝੋਲੀਆਂ ਵਿੱਚ ਪਾਉਣ ਕਿਉਂਕਿ ਹਰ ਵਾਸਤੇ ਮਨੁੱਖਾਂ ਦੇ ਹੀ ਮਹਿੰਗੀ ਹੈ ਦੁਰਲੱਭ ਆ ਇਹਦੀ ਕਦਰ ਕਰਿਆ ਕਰੋ ਤੇ ਗੁਰੂ ਮਹਾਰਾਜ ਦਾ ਧੰਨਵਾਦ ਕਰਿਆ ਕਰੋ ਪਾਤਸ਼ਾਹ ਤੂੰ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਮਨੁੱਖਾਂ ਨੇ ਵੀ ਦਿੱਤੀ ਹੈ ਤੇ ਮੈਨੂੰ ਆਪਣੀ ਯਾਦ ਵੀ ਦੇ ਮੈਨੂੰ ਆਪਣਾ ਸਿਮਰਨ ਵੀ ਬਖਸ਼ ਜਿਸ ਬਖਸ਼ ਵਾਸਤੇ ਮੈਂ ਦੁਨੀਆਂ ਤੇ ਆਇਆ ਹਾਂ ਪਾਤਸ਼ਾਹ ਉਹ ਵੀ ਪੂਰਾ ਹੋਇਆ ਅਰਦਾਸ ਕਰਨੀ ਕਿਉਂਕਿ ਪਰਮੇਸ਼ਰ ਦੇ ਦਾਤੇ ਉੱਤੇ ਅਰਦਾਸਾਂ ਹੀ ਆ ਧੱਕੇ ਨਾਲ ਆਪਾਂ ਕੁਛ ਨੀ ਖੋਲ ਸਕਦੇ ਜਿਹੜਾ ਅਰਦਾਸਾਂ ਬੇਨਤੀਆਂ ਕਰਦਾ ਅਰਦਾਸ ਗੁਰੂ ਨਾਨਕ ਦੇ ਦਾਤੇ ਉੱਤੇ ਕੁਰਬਾਨ ਹੋ ਜਾਂਦੀ ਹੈ ਜਿਸ ਅੱਗੇ ਜੋਰ ਨਾ ਚੱਲੀ ਖਲੇ ਕੀਜੇ ਅਰਦਾਸ ਕਿਉਂਕਿ ਮਾਲਕ ਦੇ ਦਾਤੇ ਉੱਤੇ ਕਿਸੇ ਦਾ ਜੋਰ ਨਹੀਂ ਜੇ ਦਰਿਆਵੀ ਜੋਰ ਚੱਲਦਾ ਹੋਵੇ ਤੇ ਵੱਡੇ ਲੋਕ ਸਨ ਕੁਛ ਰੱਬ ਦੇ ਖਜ਼ਾਨੇ ਲੁੱਟ ਕੇ ਲੈ ਜਾਂਦੇ ਇਹ ਕੌਣ ਲੁੱਟਦੇ ਆ ਜਿਹਨਾਂ ਤੇ ਵਾਹਿਗੁਰੂ ਕਿਰਪਾ ਕਰਦਾ ਜਿਹਨਾਂ ਨੂੰ ਵਾਹਿਗੁਰੂ ਆਪਣੇ ਬਣਾ ਲਿਆ ਵਾਹਿਗੁਰੂ ਆਪਣਾ ਕਿਹਨਾਂ ਨੂੰ ਬਣਾਉਂਦਾ ਜਿਹੜੇ ਵਾਹਿਗੁਰੂ ਦੇ ਹੋ ਜਾਂਦੇ ਤੇ ਜਿਹੜੇ ਵਾਹਿਗੁਰੂ ਦੇ ਹੋ ਜਾਂਦੇ ਆ ਉਹਨਾਂ ਦਾ ਸਾਰਾ ਸੰਸਾਰ ਉਹਨਾਂ ਦਾ ਬਣ ਜਾਂਦਾ ਕੋਈ ਬਗਾਨਾ ਦਿਸਦਾ ਹੀ ਨਹੀਂ ਜਾਂ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਕਹਿੰਦੇ ਜੇ ਤੂੰ ਮੇਰਾ ਹੋ ਜਾਵੇ ਤੂੰ ਸਾਰਾ ਸੰਸਾਰ ਹੀ ਤੇਰਾ ਹੋ ਜਾਏ ਰੱਬ ਦਾ ਹੋਣਾ ਰੱਬ ਦਾ ਬਣਨਾ ਇਹ ਵੱਡੀ ਗੱਲ ਅਸੀਂ ਸੰਸਾਰ ਨੂੰ ਖੁਸ਼ ਕਰਨ ਦੇ ਸੰਸਾਰ ਦੇ ਪਿੱਛੇ ਲੱਗ ਕੇ ਸੰਸਾਰ ਨੂੰ ਖੁਸ਼ ਕਰਕੇ ਖੁਸ਼ੀਆਂ ਲੈਣੀਆਂ ਚਾਹੁੰਦੇ ਸੰਸਾਰ ਖੁਸ਼ ਨਹੀਂ ਹੁੰਦਾ ਜੇਕਰ ਤਾਰ ਖੁਸ਼ ਹੋ ਜਾਵੇ ਫਿਰ ਸਾਰੇ ਸੰਸਾਰ ਦੀਆਂ ਖੁਸ਼ੀਆਂ ਝੋਲੀ ਦੇ ਵਿੱਚ ਆ ਜਾਂਦੀਆਂ ਸੋ ਇਸੇ ਵਾਸਤੇ ਪਾਤਸ਼ਾਹ ਸਾਨੂੰ ਇਹ ਸੱਚ ਦਾ ਮਾਰਗ ਦੱਸਦੇ ਆ ਭਾਈ ਮਨੁੱਖਾ ਜੀਵਨ ਦੁਰਲੱਭ ਹੈ ਬਾਰ ਬਾਰ ਨਹੀਂ ਮਿਲਣਾ ਜਿਹੜਾ ਮਿਲਿਆ ਇਹਨੂੰ ਗੁਰੂ ਦੇ ਲਿਖੀ ਲਾ ਸੋ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਆਪਾਂ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਸਤਿਗੁਰ ਦੇ ਉਪਦੇਸ਼ ਨੂੰ ਜਿੱਥੇ ਸਰਵਣ ਕਰਨਾ
ਸੋਚੇ ਹਿਰਦੇ ਦੇ ਵਿੱਚ ਉਠਾਉਣਾ ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹਨਾਂ ਨੇ ਇਹ ਨਾਮ ਦਾ ਜਹਾਜ ਬਾਣੀ ਦਾ ਮੋਹਿਤ ਤਿਆਰ ਕੀਤਾ ਤੁਰਕੀ ਬਾਣੀ ਆਈ ਚਿੰਤ ਸਗਲੀ ਚਿੰਤਨ ਆਈ ਅਸੀਂ ਚਿੰਤਾਵਾਂ ਦੇ ਵਿੱਚ ਡੁੱਬੇ ਹੋਏ ਹਾਂ ਸੰਸਾਰ ਚਿੰਤਾ ਵਿੱਚ ਹੈ ਤੇ ਗੁਰੂ ਮਹਾਰਾਜ ਦੀ ਬਾਣੀ ਜਿਹੜੀ ਹੈ ਇਹ ਚਿੰਤਾ ਮਿਟਾਉਣ ਵਾਲੀ ਬਾਣੀ ਹੈ ਚਿੰਤਾ ਕਿਹਨਾਂ ਦੇ ਸਿਰ ਤੇ ਸਵਾਰ ਰਹਿੰਦੀ ਹੈ ਜਿਹੜੇ ਚਿੰਤਨ ਨਹੀਂ ਕਰਦੇ ਜਿਹੜੇ ਵਾਹਿਗੁਰੂ ਦੇ ਸਿਮਰਨ ਨਹੀਂ ਕਰਦੇ ਉਹ ਕੀ ਕਰਦੇ ਆ ਸਾਰੀ ਦਿਹਾੜੀ ਚਿੰਤਾ ਹੀ ਉਹਨਾਂ ਨੂੰ ਲੱਗੀ ਰਹਿੰਦੀ ਹੈ ਜਿਹੜੇ ਵਾਹਿਗੁਰੂ ਨੂੰ ਭੁੱਲਿਆ ਉਹ ਸੁਖੀ ਨਹੀਂ ਹੁੰਦੇ ਸੁਖੀ ਤਾਂ ਉਹੀ ਹੈ ਜਿਹਨੂੰ ਜਿਹਨੇ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਵਸਿਆ ਜਿਹੜੇ ਦੁਖੀ ਕੌਣ ਹੈ ਜਿਹੜੇ ਵਾਹਿਗੁਰੂ ਨੇ ਭੁੱਲੇ ਹੋਏ ਉਹ ਦੁਖੀ ਹੈ ਪਰਮੇਸ਼ਰ ਦੇ ਭੁੱਲਿਆ ਨੂੰ ਵਿਆਪਣ ਸਭੇ ਇਹ ਜਿਹੜੇ ਵੀ ਰੋਗ ਆ ਇਹ ਪਰਮੇਸ਼ਰ ਨੂੰ ਭੁੱਲਣ ਦੇ ਲੱਗੇ ਹੋਏ ਆ ਵਿਛੋੜੇ ਦੇ ਰੋਗ ਆ ਇਹ ਵਿਛੋੜਾ ਜਿੰਨਾ ਚਿਰ ਮਲਾਪ ਦੇ ਵਿੱਚ ਨਹੀਂ ਮਿਲਦਾ ਉਹਨਾਂ ਚਿਰ ਇਹ ਦੁਖੀ ਹੈ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਦੇ ਵਿੱਚ ਲਿਖਿਆ ਸਾਬਣ ਲਾਲਾ ਧੋਤਾ ਕੋੜਾ ਦੁੱਧ ਦਹੀਂ ਵਿੱਚ ਪਾਇਆ ਖੁੰਭ ਰੰਗ ਖੁੰਭ ਚਾਰ ਰੰਗਾਂ ਵਿੱਚ ਤਰਿਆ ਰੰਗ ਦਾ ਹੋਸ਼ ਉਠਾਇਆ ਵਿਛੜ ਕੇ ਕਾਲਕ ਸੀ ਆਈ ਬਿਨ ਮਿਲਿਆ ਨਹੀਂ ਲਹਿੰਦੀ ਅੰਗ ਅੱਗ ਨੂੰ ਲਾ ਕੇ ਵੇਖੋ ਚੜ੍ਹਦਾ ਰੂਪ ਸੋਇਆ ਜਿਸ ਤਰ੍ਹਾਂ ਕੋਲਾ ਕੋਲੇ ਦਾ ਰੰਗ ਕਾਲਾ ਹੈ ਕੋਲਾ ਕਾਲਾ ਕਾਲਾ ਕਰਕੇ ਕਾਲਾ ਉਹਦਾ ਵਿਛੋੜਾ ਪਿਆ ਹੋਇਆ ਅੱਗ ਤੋਂ ਕਹਿੰਦੇ ਕੋਲੇ ਨੂੰ ਤੁਸੀਂ ਅੱਗ ਦੇ ਵਿੱਚ ਪਾ ਕੇ ਦੇਖੋ ਜਿਹਦਾ ਰੰਗ ਕਾਲਾ ਉਹ ਲਾਲ ਹੋਊਗਾ ਮਗਨ ਲੱਗ ਪਊਗਾ ਕਿਉਂਕਿ ਉਹ ਅੱਗ ਤੋਂ ਵਿਛੜਿਆ ਹੋਇਆ ਇਸ ਕਰਕੇ ਉਹਦਾ ਰੰਗ ਕਾਲਾ ਹੈ ਇਸੇ ਤਰ੍ਹਾਂ ਹੀ ਜਿਹੜਾ ਇਨਸਾਨ ਰੱਬ ਤੋਂ ਵਿਛੜਿਆ ਹੋਇਆ ਮਾਲਕ ਤੋਂ ਵਿਛੜਿਆ ਹੋਇਆ ਨਾਮ ਤੋਂ ਟੁੱਟਿਆ ਹੋਇਆ ਬਾਣੀ ਤੋਂ ਟੁੱਟਿਆ ਹੋਇਆ ਉਹ ਇਸੇ ਕਰਕੇ ਸੰਸਾਰ ਦੇ ਵਿੱਚ ਵੀ ਉਹ ਨਰਕ ਭੋਗਦਾ ਦੁਖੀ ਰਹਿੰਦਾ ਚਿੰਤਾ ਵਿੱਚ ਰਹਿੰਦਾ ਗੁਰਮੁਖ ਪਿਆਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਰੱਬੀ ਬਾਣੀ ਉਚਾਰੀ ਉੱਥੇ ਬਾਰਾਂ ਮਾਹਾਂ ਬਾਰਾਂ ਮਹੀਨਿਆਂ ਦਾ ਸਿਲੇਬਸ ਬਾਰਾਂ ਮਹੀਨੇ ਕਿਸ ਤਰ੍ਹਾਂ ਸਾਡੇ ਗੁਜ਼ਰਨੇ ਚਾਹੀਦੇ ਆ ਮਾਝ ਰਾਗ ਦੇ ਵਿੱਚ ਆਪਾਂ ਨੂੰ ਇਹ ਬਾਣੀ ਦਿੱਤੀ ਸਾਰੇ ਹਰ ਮਹੀਨੇ ਮਹੀਨੇ ਦੀ ਬਰਤਾਈ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਚੋਂ ਰੱਬੀ ਬਾਣੀ ਤੋਂ ਸੇਧ ਲੈਂਦੇ ਹਾਂ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਸੰਦੇਸ਼ ਦੇ ਰਿਹਾ ਆਓ ਅਜੇ ਕੱਤਕ ਦਾ ਮਹੀਨਾ ਆਰੰਭ ਹੋਇਆ ਕੱਤਕ ਦੇ ਮਹੀਨੇ ਦੀ ਬਰਤਾਈ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਸੰਦੇਸ਼ ਦੇ ਰਿਹਾ ਸਰਵਣ ਕਰੀ ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਵਾਜਿਓ ਕੱਤਕ ਕਰਮ ਕਮਾਵਣੇ ਦੋਸ਼ ਨ ਕਾਹੂ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ
परमेश्वर दे पल्या व्यक्त सब रूप कर्तक दा महीना दे परसाए तंतन साहिब श्री गुरु अर्जन देव महाराज दो जहान दे वाली आप परमेश्वर कोट ब्रह्मांड के ठाकर रबी नूर आप भगवान रबी बख्श रबी बाणी प्रचारण कर रहे केंद्र कर्तक का महीना कर्म कमाण का महीना कर्म करन का महीना क्योंकि यह महीना जरा नेवे भरिया महीना भी होंगे जी सोने की फसल कटाई है ते हाड़ी की फसल जी है बिजाई है महीने के जरा आम इंसान है उन्होंने भी डबल काम करना पैदा हूं तो बहुत साधन जोड़े है बदल गए पहला यह सारी खेती जी सी पशुओं के नाल हलों के नाल की जाती थी बड़ा रजेवे का एक महीना है कोई भी बंदा घर का परिवार का इन्होंने दिनों के वेला नहीं सी हों कपाहा चुगनिया जो फसल बीजी है उन्होंने बढ़ना चाहे झोना है चाहे मक्की है चाहे बाजरा रौनिया करनिया कणक की बिजाई करनी ये वड्डा काम हुंदा सी अज मशीनरी युग आ गया वो चीजा असी अनुभव भी नहीं कर सकते भी किन्ना यह रजेवियां का महीना सी पर इन्होंने महीनों के किसान तो बिल्कुल अज भी जोड़ा है वह पूरा बिजी आ आलू ला रहे हैं होर रजेवे जिसे पास कहते संसार के असी कर्म करने जीविका कमाई उड़ा परमेश्वर के नाम जुड़िया रहना भी जरूरी है जो सा बालक कनैक्शन कटिया गया तो फिर यह दुनिया की कमाई तो दुनिया के पैसे तो दुनिया की वड्याई किसी काम नहीं ਇਹ ਕਿਸੇ ਵੀ ਕੰਮ ਆਉਣ ਵਾਲੇ ਨੇ ਪਰਮੇਸ਼ਰ ਦੇ ਕੁੱਲਿਆਂ ਵਿਆਪਨ ਸਭੇ ਵੀ ਜਦੋਂ ਇਨਸਾਨ ਪਰਮੇਸ਼ਰ ਨੂੰ ਭੁੱਲਦਾ ਤੇ ਉਹਦੇ ਰੋਗ ਸ਼ੁਰੂ ਹੋ ਜਾਂਦੇ ਰੋਗੀ ਕਦੋਂ ਕਦੋਂ ਹੁੰਦਾ ਜਦੋਂ ਮਾਲਕ ਨੂੰ ਭੁੱਲਦਾ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਜੋਗੀ ਕੌਣ ਜਿਹੜਾ ਜੁੜਿਆ ਹੋਇਆ ਜਿਹੜਾ ਅੰਦਰੋਂ ਜੁੜ ਜਾਂਦਾ ਉਹਨੂੰ ਸੰਸਾਰ ਦੇ ਰੋਗ ਭੈ ਦੁੱਖ ਚਿੰਤਾ ਉਹਨੂੰ ਸਤਾਉਂਦੀਆਂ ਨੇ ਸੋ ਪਾਤਸ਼ਾਹ ਸਰਦੇਵਿਆਂ ਦੇ ਮਹੀਨੇ ਦੇ ਵਿੱਚ ਕਹਿੰਦੇ ਆ ਪਾਤਸ਼ਾਹ ਵੀ ਕਰਮ ਦਾ ਸਾਨੂੰ ਕਰਨੇ ਪੈਣੇ ਆ ਕਰਦੇ ਆਏ ਆ ਕਰਦੇ ਰਹਿਣਾ ਚਾਹੀਦਾ ਸਾਰਿਆਂ ਨੂੰ ਕਰਮ ਕਰਨੇ ਚਾਹੀਦੇ ਆ ਪਰ ਉਹ ਕਰਮ ਜਿਹੜੇ ਕਰਮ ਉਹਦੇ ਨਾਲ ਕਰਦੇ ਆ ਅਸੀਂ ਗੁਰੂ ਦੇ ਨਾਲ ਜੁੜੇ ਰਹੇ ਪਰਮੇਸ਼ਰ ਨੂੰ ਨਾ ਭੁੱਲ ਜਾਈਏ ਜਿਹੜੇ ਭਾਈ ਪਰਮੇਸ਼ਰ ਨੂੰ ਇਹਨਾਂ ਰੁਝੇਵਿਆਂ ਦੇ ਵਿੱਚ ਲੱਗ ਕੇ ਸੰਸਾਰ ਦੇ ਕਾਰੋ ਵਿਹਾਰਾਂ ਦੇ ਵਿੱਚ ਲੱਗ ਕੇ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਪਰਮੇਸ਼ਰ ਨਾਲੋਂ ਟੁੱਟ ਜਾਂਦੇ ਉਹਨਾਂ ਦੀ ਯਾਦ ਹਿਰਦੇ ਚੋਂ ਵਿਸਰ ਜਾਂਦੀ ਆ ਉਹਨਾਂ ਦੇ ਗੁਰੂ ਸਾਹਿਬ ਪਾਤਸ਼ਾਹ ਕੀ ਕਹਿੰਦੇ ਆ ਉਹ ਸਰਵਣ ਕਰੀ ਬੇਮੁਖ ਹੋਏ ਰਾਮ ਦੇ ਲੱਗਣ ਜਨਮ ਵਜੋਂ
ਤੇਰੇ ਜਨਮਾਂ ਦੇ ਮੰਤਰਾਂ ਦਾ ਵਸੋੜਾ ਪੈ ਜਾਂਦਾ ਉਹ ਯੋਗ ਹੋ ਜਾਂਦਾ ਤੇ ਅਸੀਂ ਮਾਲਕ ਨਾਲ ਟੁੱਟ ਜਾਵਾਂਗੇ ਤੇ ਮਾਲਕ ਦਾ ਯੋਗ ਹੋ ਵਸੋੜਾ ਹੋ ਜੂ ਮਾਲਕ ਦੇ ਨਾਲੋਂ ਰਿਸ਼ਤਾ ਟੁੱਟ ਜੂ ਜਿਹਦਾ ਖਸਮ ਦੇ ਨਾਲੋਂ ਰਿਸ਼ਤਾ ਟੁੱਟ ਗਿਆ ਮਾਲਕ ਦੇ ਨਾਲੋਂ ਰਿਸ਼ਤਾ ਟੁੱਟ ਗਿਆ ਉਹ ਫਿਰ ਸੁਖੀ ਨਹੀਂ ਬਸਦਾ ਉਹਨੂੰ ਸਾਰਾ ਲੋਕ ਜਿਹੜੇ ਹੈਗੇ ਆ ਉਹ ਲੱਗ ਜਾਂਦੇ ਆ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਜਨਮਾਂ ਪਰਮਾਤਮਾ ਦੇ ਵਸੋੜੇ ਪੈ ਜਾਂਦੇ ਆ ਟੁੱਟ ਜਾਂਦੀ ਹੈ ਆਏ ਇਸ ਦੁਨੀਆਂ ਦੇ ਵਿੱਚ ਜੋੜਨ ਵਾਸਤੇ ਆ ਤੇ ਪਾਤਸ਼ਾਹ ਸਾਡੀ ਜਿਹੜੀ ਟੁੱਟੀ ਹੋਈ ਲਹਿਵਾ ਉਹਨੂੰ ਜੋੜ ਦੇ ਆਉਂਦਾ ਸੰਗਮ ਵਾਸਤੇ ਸਾਡਾ ਜਨਮ ਸਫਲ ਹੋ ਜਾਵੇ ਸਾਡਾ ਇਸ ਦੁਨੀਆਂ ਤੇ ਆਉਣਾ ਸਫਲ ਹੋ ਜਾਵੇ ਜਿਸ ਮਕਸਦ ਵਾਸਤੇ ਅਸੀਂ ਆਏ ਹਾਂ ਉਹ ਸਾਡਾ ਮਕਸਦ ਪੂਰਾ ਹੋ ਜਾਵੇ ਪਰ ਜਦੋਂ ਅਸੀਂ ਮਾਲਕ ਨੂੰ ਭੁੱਲਦੇ ਹਾਂ ਮਾਲਕ ਨੂੰ ਯਾਦ ਕਰਨਾ ਹਟ ਜਾਂਦੇ ਹਾਂ ਵਿਛੜ ਜਾਂਦੇ ਹਾਂ ਬੇਮੁੱਖ ਹੋ ਜਾਂਦੇ ਹਾਂ ਉਹਦੇ ਨਾਲੋਂ ਵੱਲੋਂ ਮੂੰਹ ਪਵਾ ਲੈਂਦੇ ਹਾਂ ਜਿਹਦੇ ਵੱਲ ਮੂੰਹ ਆ ਉਹਦੇ ਵੱਲ ਪਿੱਠ ਕਰ ਲੈਂਦੇ ਹਾਂ ਜਿਹਨੇ ਆਪਣੇ ਮਾਲਕ ਵੱਲ ਪਿੱਠ ਕਰ ਲਈ ਬੇਮੁੱਖ ਹੋ ਗਿਆ ਉਹਦਾ ਫਿਰ ਇਸ ਜਨਮ ਦਾ ਨਹੀਂ ਪਤਾ ਨੀ ਕਿੰਨੇ ਜਨਮਾਂ ਦਾ ਵਿਛੋੜਾ ਜਿਹੜਾ ਜਿਹੜਾ ਉਹਨੇ ਪਤਾ ਨੀ ਜਾ ਕੇ ਕਹਿੰਦੇ ਚੱਕਵਾ ਚੱਕਵੀ ਦਾ ਵਿਛੋੜਾ ਪੈਂਦਾ ਪੈਂਦਾ ਜਦੋਂ ਪ੍ਰਭਾਤ ਆਉਂਦੀ ਆ ਸੂਰਜ ਨਿਕਲਦਾ ਤੇ ਦੋਨਾਂ ਦਾ ਮਿਲਾਪ ਹੋ ਜਾਂਦਾ ਪਰ ਜਿਹੜਾ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ ਕਹਿੰਦਾ ਉਹ ਕਹਿੰਦੇ ਉਹ ਨਾ ਦਿਨ ਮਿਲਦਾ ਤੇ ਨਾ ਉਹ ਰਾਤ ਮਿਲਦਾ ਪਤਾ ਨੀ ਉਹ ਵਿਛੋੜਾ ਕਿੰਨਾ ਲੰਬਾ ਹੋ ਜਾਂਦਾ ਤੇ ਜਦੋਂ ਇਹ ਮਾਲਕ ਵੱਲ ਨੂੰ ਮੂੰਹ ਪਵਾ ਲੈਂਦਾ ਜਦੋਂ ਇਹ ਮਾਲਕ ਵੱਲੋਂ ਤੇ ਫਿਰ ਇਹਦਾ ਜਿਹੜਾ ਜਿਹਨਾਂ ਪਿੱਛੇ ਲੱਗ ਕੇ ਇਹ ਮੂੰਹ ਪਵਾਉਂਦਾ ਉਹ ਸਾਰਾ ਕੁਛ ਫਿੱਕਾ ਹੋ ਜਾਂਦਾ ਖਿਲਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੂਕ ਮੂੰਹ ਇਹ ਕਾਹਤੋਂ ਪਵਾਇਆ ਪਦਾਰਥਾਂ ਪਿੱਛੇ ਲੱਗ ਕੇ ਪਰ ਕਹਿੰਦੇ ਉਹ ਸਾਰੇ ਦੇ ਸਾਰੇ ਫਿੱਕੇ ਹੋ ਜਾਂਦੇ ਖਿਲਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਚਿੰਦਰਾਮ ਸਾਹਿਬ ਜਦੋਂ ਬੱਚਾ ਮੇਲੇ ਦੇ ਵਿੱਚ ਜਾਂਦਾ ਉਹਦਾ ਹੱਥ ਫੜਿਆ ਹੁੰਦਾ ਆਪਣੇ ਮਾਂ ਬਾਪ ਦਾ ਤੇ ਉਹ ਖੁਸ਼ੀਆਂ ਦੇ ਵਿੱਚ ਮੇਲਾ ਦੇਖਦਾ ਉਹ ਮੂੜੇ ਚੱਲਦੇ ਆ ਮਠਿਆਈਆਂ ਵਰਤਦੀਆਂ ਬਹੁਤ ਕੁਛ ਦੁਕਾਨਾਂ ਲੱਗੀਆਂ ਤੇ ਬੱਚਾ ਮਸਤ ਹੋ ਜਾਂਦਾ ਮੇਲੇ ਵੱਲ ਦੇਖ ਕੇ ਦੇਖਦਾ ਉਹੀ ਮੇਲਾ ਉਹੀ ਸਾਰਾ ਕੁਛ ਹੁੰਦਾ ਜੇਕਰ ਉਹ ਬਾਪ ਦੀ ਉਂਗਲੀ ਜਿਹੜੀ ਹੈਗੀ ਆ ਉਹ ਸੁੱਟ ਜਾਵੇ ਤੇ ਉਹੀ ਬੱਚਾ ਉੱਥੇ ਚਾਂਦਰਾ ਮਾਰਨ ਲੱਗ ਪੈਂਦਾ ਰੌਲਾ ਪਾਉਣ ਲੱਗ ਪੈਂਦਾ ਉਹੀ ਦੁਕਾਨਾਂ ਹੁੰਦੀਆਂ ਉਹੀ ਰੌਣਕਾਂ ਹੁੰਦੀਆਂ ਉਹੀ ਮੇਲਾ ਹੁੰਦਾ ਉਹਦੇ ਵਾਸਤੇ ਉਹ ਆਜ਼ਾਦ ਬਣ ਜਾਂਦਾ ਕਿਉਂਕਿ ਮੇਲਾ ਕਾਹਦੇ ਨਾਲ ਦੇਖ ਰਿਹਾ ਸੀ ਬਾਪ ਦੀ ਉਂਗਲੀ ਦੇ ਨਾਲ ਦੇਖ ਰਿਹਾ ਸੀ ਉਂਗਲੀ ਫੜੀ ਸੀ ਉਹ ਉਂਗਲੀ ਦੇ ਸਹਾਰੇ ਮੇਲੇ ਦਾ ਆਨੰਦ ਮਾਣ ਰਿਹਾ ਸੀ ਇਸੇ ਤਰ੍ਹਾਂ ਹੀ ਇਹ ਸੰਸਾਰ ਵੀ ਇੱਕ ਮੇਲਾ ਹੀ ਹੈ ਜੇ ਤਾਂ ਆਪਾਂ ਮਾਲਕ ਦੀ ਉਂਗਲੀ ਫੜੀ ਰੱਖੀਏ ਤੇ ਮੇਲਾ ਦਿੰਦਾ ਸੁੱਖ ਮੇਲਾ ਆਨੰਦ ਦਿੰਦਾ ਮੇਲੇ ਦੇ ਵਿੱਚ ਖੁਸ਼ੀਆਂ ਮਾਣਦਾ ਤੇ ਜਿਹਨਾਂ ਦੀ ਉਂਗਲੀ ਮਾਲਕ ਤੋਂ ਸੁੱਟ ਜਾਂਦੀ ਹੈ ਉਹ ਫਿਰ ਸੁਖੀ ਨਹੀਂ ਹੁੰਦੇ ਕੋਈ ਮੰਜੇ ਤੇ ਪਿਆ ਰੀਂਗਦਾ ਕੋਈ ਕੋਈ ਦੁੱਖ ਭੋਗਦਾ ਕੋਈ ਤਮਾ ਦੇ ਵਿੱਚ ਤਪੀ ਜਾਂਦਾ ਖਪੀ ਜਾਂਦਾ ਲੜੀ ਜਾਂਦਾ ਝਗੜੀ ਜਾਂਦਾ ਜਿੰਨੇ ਵੀ ਔਗਣ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਜਿਹੜਾ ਮਾਲਕ ਨਾਲ ਟੁੱਟਿਆ ਹੋਇਆ ਹੁੰਦਾ ਉਹਦੇ ਵਿੱਚ ਆ ਜਾਂਦੇ ਆ ਤੇ ਜਿਹਨਾਂ ਖਾਤਰੇ ਜਿਹਨਾਂ ਵੱਲੋਂ ਮੂੰਹ ਕਰਕੇ ਇਹ ਰੱਬ ਨੂੰ ਭੁੱਲਦਾ ਪਾਤਸ਼ਾਹ ਕਹਿੰਦੇ ਉਹ ਤਾਂ ਇੱਕ ਖਿਣ ਨਹੀਂ ਲੱਗਦਾ ਉਹ ਮੂੰਹ ਪਵਾ ਲੈਂਦੇ ਆ ਖਿਣਵੇਂ
ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਮਾਇਆ ਦੇ ਭੋਗ ਦੇ ਜਿੰਨੇ ਵੀ ਹੈ ਸੁੱਖ ਉਹਨਾਂ ਨੂੰ ਦਿੱਤੇ ਆ ਜੇਕਰ ਖਸਮ ਜਿੱਤੇ ਹੋਵੇ ਮਾਲਕ ਯਾਦ ਹੋਵੇ ਇਹਨਾਂ ਨੂੰ ਮਾਲਕ ਭੁੱਲ ਜਾਂਦਾ ਉਹਨਾਂ ਨੂੰ ਇਹ ਵੀ ਸੁੱਖ ਨਹੀਂ ਦਿੰਦੇ ਇਹ ਵੀ ਫਿਰ ਦੁੱਖ ਦੇਣ ਲੱਗ ਪੈਂਦੇ ਆ ਇਹ ਮਾਇਆ ਦੇ ਭੋਗ ਵੀ ਜਿਹੜੇ ਹੈ ਉਹ ਕੌੜੇ ਹੋ ਜਾਂਦੇ ਆ ਉਹ ਸਵਾਦ ਉਹਨਾਂ ਦੇ ਖਤਮ ਹੋ ਜਾਂਦੇ ਆ ਉਹ ਦੁੱਖ ਦੇਣ ਲੱਗਦੇ ਆ ਉਹ ਪਾਤਸ਼ਾਹ ਕੁਰਬਾਨ ਕਰ ਰਹੇ ਹਨ ਵਿੱਚ ਨਾ ਕੋਈ ਕਰ ਸਕੇ ਕਿਸਦਾ ਰੋਗ ਹੈ ਰੋਗ ਕਿਤਨਾ ਕਿਸੂ ਨਾ ਹੋਵੇ ਲਿਖਿਆ ਧਵ ਸੰਜੋਗ ਵਿੱਚ ਨਾ ਕੋਈ ਕਰ ਸਕੇ ਕਿਸਦਾ ਰੋਗ ਹੈ ਰੋਗ ਇਹਨੇ ਜਦੋਂ ਮਾਲਕ ਨਾਲ ਟੁੱਟਿਆ ਹੋਵੇ ਤਾਂ ਫਿਰ ਵਿਚੋਲਾ ਵੀ ਕੋਈ ਨਹੀਂ ਬਣਦਾ ਮਾਲਕ ਨਾਲੋਂ ਟੁੱਟਿਆ ਨੂੰ ਕੋਈ ਜੋੜਨ ਵਾਲਾ ਵੀ ਨਹੀਂ ਮਿਲਦਾ ਕੋਈ ਗੁਰੂ ਨਾਲ ਬਣਾਉਣ ਵਾਲਾ ਵੀ ਨਹੀਂ ਮਿਲਦਾ ਫਿਰ ਧਰਕਾਰ ਹੀ ਖਾਸ ਫਿਰ ਪੈਂਦੀ ਵਿੱਚ ਕਿਹੜਾ ਆ ਕੇ ਵਿਚੋਲਾ ਕਿਹੜਾ ਬਣ ਸਕੇ ਵਿੱਚ ਨੂੰ ਕੋਈ ਕਰ ਸਕੇ ਕਿਸ ਦਾ ਰੋਵੇ ਰੋਵੇ ਕਿਹੜਾ ਉਹਨੂੰ ਸੁੱਖ ਦੇਵੇ ਕਿਹੜਾ ਉਸ ਮਾਲਕ ਨਾਲ ਮਾਵੇ ਜਦੋਂ ਅਸੀਂ ਬੇਮੁੱਖ ਹੋ ਗਿਆ ਮਾਲਕ ਦੇ ਨਾਲੋਂ ਮੂੰਹ ਪਵਾ ਲਿਆ ਫਿਰ ਤਾਂ ਰੋਣਾ ਹੀ ਹੈ ਜੀਵਨ ਦੇ ਵਿੱਚ ਕਦੇ ਇੱਥੇ ਰੋ ਲਿਆ ਕਦੇ ਉੱਥੇ ਰੋ ਲਿਆ ਕਦੇ ਗਾਂਝਾ ਕੇ ਰੋ ਲਿਆ ਕਦੇ ਡਾਕਟਰ ਦੇ ਰੋ ਲਿਆ ਕਦੇ ਵਕੀਲ ਦੇ ਰੋ ਲਿਆ ਕਦੇ ਹੋਰ ਜਾ ਕੇ ਕਿੱਥੇ ਰੋ ਲਿਆ ਰੋਣਾ ਹੀ ਰੋਣਾ ਰਹਿ ਜਾਂਦਾ ਉਹਨਾਂ ਦੇ ਕਰਮਾਂ ਦੇ ਵਿੱਚ ਜਿਹੜੇ ਮਾਲਕ ਤੋਂ ਬੇਮੁੱਖ ਹੋ ਜਾਂਦੇ ਆ ਉਹਨਾਂ ਨੂੰ ਕੋਈ ਗਵਾਹੀ ਵੀ ਨਹੀਂ ਕਰਦਾ ਉਹਨਾਂ ਦੀ ਉਹਨਾਂ ਨੂੰ ਕੋਈ ਜੋੜਨ ਵਾਲਾ ਵੀ ਨਹੀਂ ਢਲਾਉਣ ਵਾਲਾ ਵੀ ਨਹੀਂ ਟਿਕਰਦਾ ਜਿਹੜਾ ਉਹਨਾਂ ਨੂੰ ਮਿਲਾ ਦੇਵੇ ਫਿਰ ਉਹ ਬੜਾ ਦੁਖੀ ਹੁੰਦੇ ਆ ਹਰ ਰੋਜ਼ ਰੋਣਾ ਉਹਨਾਂ ਦੇ ਪੱਲੇ ਪੈ ਜਾਂਦਾ ਪਰ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਟੁੱਟੇ ਹੋਏ ਇਨਸਾਨ ਨੂੰ ਇਹਨਾਂ ਮਾਲਕ ਦੇ ਨਾਲ ਕਿਹੜੇ ਟੁੱਟਿਆ ਕੋਈ ਕਰ ਸਕੇ ਕਿਸ ਦਾ ਰੋਵੇ ਰੋਜ ਕੀਤਾ ਕੁਛ ਨਾ ਹੋਵੇ ਲਿਖਿਆ ਤਾਂ ਸੰਜੋ ਕਹਿੰਦੇ ਕੀਤਾ ਵੀ ਉੱਥੇ ਕੁਛ ਨਹੀਂ ਹੁੰਦਾ ਉੱਥੇ ਜਤਨ ਕੀਤੇ ਵੀ ਅਸਫਲ ਹੋ ਜਾਂਦੇ ਆ ਉੱਥੇ ਮਿਹਨਤ ਕੀਤੀ ਵੀ ਅਜਾਇਆ ਚਲੀ ਜਾਂਦੀ ਹੈ ਉੱਥੇ ਘਾਲਣਾ ਵੀ ਜਿਹੜੀ ਹੈ ਉਹ ਵਿਰਥੀ ਚਲੀ ਜਾਂਦੀ ਹੈ ਕੁਛ ਨਹੀਂ ਹੁੰਦਾ ਕਿਉਂਕਿ ਜਿਹੜਾ ਲੇਖਾਂ ਦਾ ਜਿਹੜਾ ਸੰਯੋਗ ਦੇ ਵਿੱਚ ਲਿਖਿਆ ਸੰਯੋਗ ਯੋਗ ਦੇ ਕਾਰ ਚਲਾਵੇ ਲਿਖਿਆ ਵਿਪਾ ਇਹ ਸੰਯੋਗ ਤੇ ਵਿਯੋਗ ਦੋਨੋਂ ਜੀਵਨ ਦੇ ਵਿੱਚ ਲਿਖੇ ਹੋਏ ਆ ਸੰਯੋਗ ਮਿਲਾਪ ਦਾ ਵਿਯੋਗ ਵਿਛੋੜਾ ਅਸੀਂ ਜਿਹਨਾਂ ਨੂੰ ਮਿਲਦੇ ਹਾਂ ਉਹਨਾਂ ਤੋਂ ਵਿਛੜਦੇ ਵੀ ਅਸੀਂ ਸੰਯੋਗ ਤੇ ਵਿਯੋਗ ਦੇ ਵਿੱਚ ਸਾਡਾ ਜੀਵਨ ਲੰਘਦਾ ਪਰ ਜਿਹਨਾਂ ਦਾ ਸੰਯੋਗ ਗੁਰੂ ਦੇ ਨਾਲ ਹੋ ਜਾਂਦਾ ਜਿਹਨਾਂ ਦਾ ਵਿਯੋਗ ਖਤਮ ਹੋ ਜਾਂਦਾ ਪਰਮੇਸ਼ਰ ਦੇ ਨਾਲੋਂ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਆ ਉਹ ਤਾਂ ਸੁਖੀ ਹੋ ਜਾਂਦੇ ਪਰ ਜਿਹਨਾਂ ਦਾ ਵਿਯੋਗ ਹੋ ਜਾਂਦਾ ਉਹ ਫਿਰ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਕੋਈ ਉਹਨਾਂ ਦਾ ਦੁਆ ਦਾਰੂ ਵੀ ਜਿਹੜਾ ਹੈ ਨਹੀਂ ਦੁਆ ਦਾਰੂ ਵੀ ਉਦੋਂ ਕੰਮ ਆਉਂਦੇ ਆ ਜਦੋਂ ਮਾਲਕ ਮਿਹਰਬਾਨ ਹੋਵੇ ਉਦੋਂ ਦੁਆ ਵੀ ਕੰਮ ਆ ਜਾਂਦੀ ਹੈ ਉਦੋਂ ਬਹਾਨੇ ਵੀ ਜਿਹੜੇ ਹੈ ਬਣ ਜਾਂਦੇ ਆ ਇਨਸਾਨ ਦੇ ਪਰ ਜਦੋਂ ਮਾਲਕ ਟੁੱਟਾ ਨਾ ਹੋਵੇ ਮਾਲਕ ਦੇ ਨਾਲ ਬੇਮੁੱਖ ਹੋਵੇ ਤੇ ਪਾਤਸ਼ਾਹ ਕਹਿੰਦੇ ਕਿ ਫਿਰ ਉਹਦੇ ਜੀਵਨ ਦੇ ਵਿੱਚ ਜਿਹੜਾ ਹੈ ਖੁਸ਼ੀਆਂ ਆਉਣੀਆਂ ਮੁਸ਼ਕਲ ਹੋ ਜਾਂਦੀਆਂ ਕਿਉਂਕਿ ਉਹ ਬੇਮੁੱਖ ਹੋ ਚੁੱਕਾ ਮਾਲਕ ਨਾਲੋਂ ਮੁੱਖ ਫੇਰਿਆ ਹੋਇਆ ਜਿਹਨੇ ਮਾਲਕ ਤੋਂ ਮੁੱਖ ਫੇਰ ਲਿਆ ਉਹਦੇ ਵਾਸਤੇ ਦੁਨੀਆਂ ਦੇ ਵਿੱਚ ਸੁੱਖ ਪਾਲਣਾ ਬੜਾ ਔਖਾ ਹੋ ਜਾਂਦਾ ਕਿਉਂਕਿ ਉਹ ਤਾਂ ਫਿਰ ਧਰੋ ਹੀ ਲਿਖਿਆ ਉਹਨੂੰ ਮਟਾਉਣ ਵਾਲਾ ਕੌਣ ਹੈ ਉਹ ਪਾਤਸ਼ਾਹ ਫਰਮਾ ਰਹੇ ਹਨ
ਗੁਰੂ ਦੇ ਪਿਆਰਿਆਂ ਨੂੰ ਗੁਰਮੁਖਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਉ ਵਿਛੋੜਾ ਕਦੋਂ ਖਤਮ ਹੁੰਦਾ ਮਲਾਪ ਦੇ ਨਾਲ ਖਤਮ ਜਦੋਂ ਪ੍ਰਭੂ ਦਾ ਸਤਿਗੁਰੂ ਦਾ ਮਲਾਪ ਹੋ ਜਾਂਦਾ ਤੇ ਫਿਰ ਉਹ ਵਿਛੋੜਾ ਜਿਹੜਾ ਬਿਲ ਹੈ ਉਹ ਖਤਮ ਹੋ ਜਾਂਦਾ ਉਹ ਵੱਡੇ ਭਾਗ ਪੁਰਖ ਜਨਮ ਅੰਕਰ ਯੁਗ ਪਰਗ ਯੋਗ ਭੇਟਿਓ ਪੁਰਖ ਰਸਕ ਪੈਦਾ ਕਰੀ ਜਦੋਂ ਕੋਈ ਸਾਡੇ ਪੂਰਬਲੇ ਭਾਗ ਜਾਗਦੇ ਆ ਫਿਰ ਕੋਈ ਰੱਬ ਦਾ ਰੰਗੇ ਹੋਏ ਰੂਹ ਉਸਦੇ ਮਲਾਪ ਹੁੰਦੇ ਆ ਜਿਹੜੇ ਰੱਬ ਦੇ ਰੰਗੇ ਹੋਏ ਆ ਉਹ ਫਿਰ ਉਹ ਰੰਗ ਬਖਸ਼ ਦਿੰਦੇ ਆ ਜਿਹੜਾ ਜੁੜਿਆ ਹੋਇਆ ਉਹ ਜੋੜ ਦਿੰਦਾ ਜਿਹੜਾ ਮਿਲਿਆ ਹੋਇਆ ਉਹ ਮਿਲਾ ਦਿੰਦਾ ਜਿਹੜਾ ਉਹ ਮਿਲਦਾ ਕਿੱਦਾਂ ਉਹ ਵੱਡੇ ਭਾਗਾਂ ਨਾਲ ਮਿਲਦਾ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਪਿਓ ਸਾਰੇ ਲੋਕ ਜਿਹੜੇ ਹੈਗੇ ਆ ਉਹ ਦੂਰ ਹੋ ਜਾਂਦੇ ਆ ਨਾਨਕ ਕੋ ਪ੍ਰਭ ਰਾਖ ਲਏ ਮੇਰੇ ਸਾਹਿਬ ਬੰਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਪੰਜਵੀਂ ਜੋਤ ਅਰਦਾਸ ਕਰਦੇ ਆ ਗੁਰੂ ਚਰਨਾਂ ਚ ਹੇ ਸਤਿਗੁਰੂ ਮੈਨੂੰ ਰੱਖ ਲਾ ਸਾਨੂੰ ਜਾਤ ਦੱਸਦੇ ਆ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਿੱਦਾਂ ਕਰਨੀ ਨਾਨਕ ਕੋ ਪ੍ਰਭ ਰਾਖ ਲਏ ਮੇਰੇ ਸਾਹਿਬ ਬੰਦੀ ਨੂੰ ਬੰਦਨਾਂ ਨੂੰ ਕੱਟਣ ਵਾਲੇ ਬੰਦੀਆਂ ਨੂੰ ਸਡਾਉਣ ਵਾਲੇ ਸੰਗਲਾਂ ਨੂੰ ਕੱਟਣ ਵਾਲੇ ਸੰਗਲਾਂ ਨੂੰ ਹਰਨ ਵਾਲੇ ਦੁੱਖਾਂ ਨੂੰ ਦੂਰ ਕਰਨ ਵਾਲੇ ਮੇਰੇ ਸਾਹਿਬ ਮੇਰੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ ਤੇ ਤੂੰ ਸਾਰਿਆਂ ਦੀ ਲਾਜ ਪੱਤ ਰੱਖਦਾ ਮੇਰੀ ਵੀ ਲਾਜ ਰੱਖ ਨਾਨਕ ਕੋ ਪ੍ਰਭ ਰਾਖ ਲਈ ਮੈਨੂੰ ਰੱਖ ਲੈ ਮੇਰੇ ਸਾਹਿਬ ਮੇਰੇ ਮਾਲਕ ਬੰਦੀਆਂ ਦੇ ਬੰਧਨ ਕੱਟਣ ਵਾਲੇ ਬੰਧਨਾਂ ਤੋਂ ਮੁਕਤ ਕਰਨ ਵਾਲੇ ਬੰਧਨਾਂ ਨੂੰ ਖਤਮ ਕਰਨ ਵਾਲੇ ਇਹ ਮੇਰੇ ਸਤਿਗੁਰੂ ਮੈਨੂੰ ਇਹਨਾਂ ਕਲਯੁਗ ਦੇ ਭਿਆਨਕ ਸਮਿਆਂ ਦੇ ਵਿੱਚ ਹੀ ਆਪਣੇ ਚਰਨਾਂ ਦੇ ਨਾਲ ਜੁੜ ਲਾ ਮੈਨੂੰ ਰੱਖ ਲਾ ਤੇਰੇ ਰੱਖਣ ਦੇ ਆ ਕਿਉਂਕਿ ਜਿਹਦੇ ਤੋਂ ਤੇਰੀ ਕਿਰਪਾ ਹੁੰਦੀ ਆ ਉਹਨੂੰ ਇਹ ਸਮਝ ਪੈਂਦੀ ਆ ਨਹੀਂ ਤੇ ਸਮਝ ਹੀ ਨਹੀਂ ਪੈਂਦੀ ਇਹ ਸਮਝ ਵੀ ਤੇਰੀ ਦਿੱਤੀ ਹੋਈ ਆ ਜਿਹਨੂੰ ਤੂੰ ਬਖਸ਼ਦਾ ਉਹ ਸਮਝਦਾ ਤੇ ਨਹੀਂ ਇਸ ਸੰਸਾਰ ਦੇ ਵਿੱਚ ਰਹਿ ਕੇ ਉਹਦੇ ਤੁਰ ਜਾਂਦਾ ਤੂੰ ਕਿਰਪਾ ਕਰ ਮਿਹਰ ਕਰ ਕਤਕ ਹੋਵੇ ਸਾਧ ਸੰਗ ਬੰਸਰ ਸਬਰ ਸੋਚ ਸੋ ਕਤਕ ਦੇ ਮਹੀਨੇ ਦੇ ਵਿੱਚ ਜੇ ਕਿਰਪਾ ਸਕੇ ਤੇ ਸਾਧੂਆਂ ਦਾ ਸੰਗ ਹੋ ਜਾਵੇ ਫਿਰ ਸਾਰੀਆਂ ਸੋਚਾਂ ਜਿਹੜੀਆਂ ਬਿਨਸ ਜਾਂਦੀਆਂ ਪਾਰ ਉਹ ਖਤਮ ਹੋ ਜਾਂਦੀਆਂ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾ ਫਿਰ ਸੋਚਾਂ ਜੋ ਬਾਹਰ ਨਿਕਲ ਜਾਂਦਾ ਪ੍ਰਭੂ ਦੇ ਦੀ ਟੇਕ ਲੈ ਲੈਂਦਾ ਪ੍ਰਭੂ ਦਾ ਆਸਰਾ ਲੈ ਲੈਂਦਾ ਚਿੰਤਾਵਾਂ ਖਤਮ ਹੋ ਜਾਂਦੀਆਂ ਕੱਤਕ ਦਾ ਮਹੀਨਾ ਹੈ ਪਾਤਸ਼ਾਹ ਕਹਿੰਦੇ ਸਾਧੂਆਂ ਦਾ ਸੰਗਤ ਹੋਵੇ ਕੱਤਕ ਕਰਮ ਕਮਾਵਣੀ ਦੋਸ ਨ ਕਾਵਣ ਯੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਲੋਕ ਪਾਸਾ ਅਖੀਰ ਦੇ ਉੱਤੇ ਉਹਦਾ ਰਸਤਾ ਦੱਸਦੇ ਜਿਹੜਾ ਕੱਤਕ ਕਦੇ ਮਹੀਨੇ ਦੇ ਵਿੱਚ ਜਿਹੜਾ ਭੁੱਲਿਆ ਭਟਕਾ ਭਟਕਿਆ ਪਰਮੇਸ਼ਰ ਦੇ ਨਾਲੋਂ ਵਿਛੜਿਆ ਪਾਸਾ ਕਹਿੰਦੇ ਜੇਕਰ ਉਹਨਾਂ ਨੂੰ ਸਾਧੂਆਂ ਦੀ ਸੰਗਤ ਹੋ ਜਾਵੇ ਕੱਤਕ ਹੋਵੇ ਸਾਧ ਸੰਗ ਬੰਸਰ ਸਭੇ ਸਾਰੀਆਂ ਮੇਰੀਆਂ ਸੋਚਾਂ ਸਾਰੇ ਸਿਰਚੇ ਸਾਰੇ ਦੁੱਖ ਜਿਹੜੇ ਹੈ
ਉਹ ਖਤਮ ਹੋ ਜਾਂਦੇ ਆ ਸੋ ਗੁਰਮੁਖ ਪਿਆਰੇ ਸਾਧੂਆਂ ਦੀ ਸੰਗਤ ਜਿਹੜੀ ਹੈ ਉਹ ਵੱਡੇ ਭਾਗ ਮਿਲਦੀ ਹੈ ਸੋ ਆਪ ਸਾਰੇ ਰਿਸ਼ਤਿਆਂ ਨੂੰ ਪਵਿੱਤਰ ਕਰੀਏ ਸੰਤ ਜਨਾਂ ਮਿਲ ਹਰ ਦਸ ਗਾਇਓ ਸੰਤ ਜਨਾਂ ਮਿਲ ਹਰ ਦਸ ਗਾਇਓ ਪਾਵੇਂ ਅਰਜੇਵਿਆਂ ਦਾ ਮਹੀਨਾ
ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਅੰਮ੍ਰਿਤ ਵੇਲੇ ਉੱਠੀਏ ਬਾਣੀ ਪੜ੍ਹੀਏ ਗੁਰੂ ਚਰਨਾਂ ਦੇ ਨਾਲ ਜੁੜੀਏ ਸੇਵਾ ਸਿਮਰਨ ਦੀ ਦਾਤ ਗੁਰੂ ਪਾਤਸ਼ਾਹ ਸਭ ਦੀ ਝੋਲੀਆਂ 'ਚ ਪਾਉਣ ਸਭ ਦਾ ਏਕਤਕ ਦਾ ਮਹੀਨਾ ਖੁਸ਼ੀਆਂ ਖੇੜਿਆਂ 'ਤੇ ਗੁਰੂ ਦੀ ਯਾਦ ਵਿੱਚ ਲੰਘੇ ਸਾਰਿਆਂ ਨੂੰ ਸੰਗਰਾਮ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਹੈ ਹੋਵੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਘੰਟਾ ਸਵੇਰੇ ਸਿਮਰਨ ਕਰੀਏ ਤੁਰਿਆ ਫਿਰਦਿਆਂ ਖਾਂਦਿਆਂ ਪੀਂਦਿਆਂ ਸੌਂਦਿਆਂ ਨਹਾਉਂਦਿਆਂ ਗੁਰੂ ਨੂੰ ਯਾਦ ਰੱਖੀਏ ਸਾਨੂੰ ਫਿਰ ਗੁਰੂ ਦੀ ਯਾਦ ਵਿੱਚ ਜੁੜ ਕੇ ਇੰਨਾ ਸਮਾਂ ਲੱਗ ਸਕਦਾ ਸਿਮਰਨ ਕਰੀਏ ਸਾਡਾ ਮਨੁੱਖਾ ਜੀਵਨ ਬੜਾ ਦੁਰਲੱਭ ਆ ਜਿੰਨਾ ਸਮਾਂ ਅਸੀਂ ਗੁਰੂ ਦੀ ਯਾਦ ਵਿੱਚ ਲਾ ਲਾਂਗੇ ਉਹ ਗੁਰੂ ਦੀਆਂ ਖੁਸ਼ੀਆਂ ਤੇ ਆਪਣੀਆਂ ਝੋਲੀਆਂ ਭਰਨ ਵਾਸਤੇ ਆ ਗੁਰੂ ਪਾਤਸ਼ਾਹ ਸਾਰਿਆਂ ਦੀਆਂ ਝੋਲੀਆਂ ਭਰਨ ਆਓ ਆਨੰਦ ਸਾਹਿਬ ਦਾ ਜਾਪ ਕਰੀਏ ਤੇ ਗੁਰੂ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਰਾਮ ਕਲੇ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਪਾਏ ਨਾਨਕ ਦੇ